ਗੱਡੀਆਂ ਐਨ ਸਾਫ਼ ਸੂਫ ਕਰਕੇ ਸਾਫ਼ ਹੋ ਗਈ ਹੈ ਨਾ ਪੂਰੀ, ਕੋਈ ਕਿਤੇ ਗਰੀਸ ਗਰੂਸ ਕੁਛ ਨਹੀਂ ਰਹਿ ਗਏ। ਹਾਂ ਸ਼ੈਂਪੂ ਵੀ ਮਾਰਤਾ ਸੀਗਾ, ਫਿਰ ਸਕਾ ਸਕੂ ਕੇ ਨਾ ਖੜੀ ਕਰਤੀ ਸਾਰੀ। ਹੁਣ ਜੇ ਆਪਾਂ ਲਾਈਟਾਂ ਬੰਦ ਕਰੀ, ਬੈਟਰੀ ਨਾ ਉੱਡ ਜੇ। ਬੈਟਰੀ ਦਾ ਕੀ ਕਹਿੰਦਾ ਸੀ ਕੱਲ੍ਹ, ਪੁੱਛਿਆ ਸੀ ਉਹਨੂੰ? ਬੈਟਰੀ ਓਕੇ ਆ, ਚੈੱਕ ਕੀਤੀ ਉਹਨੇ? ਉਹਨੇ ਉਹ ਟੀਕੇ ਨਾ ਚੈੱਕ ਕੀਤੀ। ਹਾਂ ਇੱਥੇ ਦਾਗ ਹੱਥ ਬਹੁਤ ਲੱਗੇ, ਗੰਦੀ ਹੋਈ, ਮਾੜੇ ਮੋਟੇ ਰਹਿ ਗਏ ਉੱਦਾਂ। ਚੱਲ ਆਪਾਂ ਰੰਗ ਚੇਂਜ ਕਰਾਈ ਦੇਣਾ ਆ, ਰੰਗ ਦੀ ਵੀ ਅੱਜ ਸਲਾਹ ਕਰ ਲੈਣੀ ਆਪਾਂ, ਕਰਾ ਦਈਏ ਮੋਟਰਸਾਈਕਲ ਅੱਜ। ਫਿਰ ਯਾਰ ਡੀਜ਼ਲ ਹੀ ਮਾਰਿਆ ਮੈਂ ਥੱਲੇ। ਕਰਾ ਲਈ ਆ ਟੈਸਟ ਵੀ ਮੈਂ ਲੈ ਲਿਆ, ਸਹੀ ਆ। ਇੱਕ ਗੇਅਰ 'ਚ ਯਾਰ ਪਲੇ ਪੈ ਗਈ ਯਾਰ, ਫਿਰ ਕਰਨਾ ਪਿਆ, ਫਿਰ ਕਰੀ ਉਹ ਤਾਂ ਆਪਾਂ ਕਰੀ, ਪਲੇ ਕੱਢ ਲੈਣੀ ਆ। ਕੱਲ੍ਹ ਉਹਨੇ ਕਰਤਾ ਹੀ ਤਾਂ ਬਾਗੇ ਕੋਲ ਖੜੇ ਸੀ 10 ਮਿੰਟ ਬਾਤਚੀਤ ਕਰ ਲਾ ਗੱਲ ਅੱਛਾ ਉੱਦਾਂ ਹੀ ਮੈਂਡਿੰਗ ਆ। ਬਾਏ ਬਾਏ ਟਾਟਾ, ਬਾਏ ਬਾਏ ਟਾਟਾ, ਬਾਏ ਬਾਏ ਆ ਜਾ ਤੈਨੂੰ ਦਿਖਾਵਾਂ ਗੱਡੀ। ਇੱਕ ਤਾਂ ਲਵਾ ਕੇ ਲਿਆਏ ਆ, ਇਹ ਵੀਡੀਓ 'ਚ ਨਹੀਂ ਪਤਾ ਦਿਖਾਉਣਾ ਯਾਰ। ਫਿਰ ਪਤਾ ਕੀ ਆ, ਫਿਰ ਜਿਹੜੇ ਨਵੇਂ ਨਵੇਂ ਨਿਆਣੇ ਆ ਉਹ ਇਹ ਕੰਮ ਆਪਾਂ ਨਹੀਂ ਚਾਹੁੰਦੇ ਕਰੇ। ਇਹ ਲਵਾਇਆ ਅਤੇ ਹੋਰ ਕੀ ਕੀ ਕੱਲ੍ਹ ਲਵਾਇਆ ਯਾਰ, ਇਹ ਅਗਲੇ ਪਾਸੇ ਇੱਧਰ ਆ ਦਿਖਾਵਾਂ ਮੇਨ ਚੀਜ਼। ਹੋਰਨ ਲਵਾਇਆ ਆ ਦੇ ਮਾੜਾ ਜਿਹਾ ਸੈੱਟ ਕਰਨ ਵਾਲਾ, ਕੱਲ੍ਹ ਨੂੰ ਰੰਗ ਮਰਾ ਦੇਣਾ ਸਾਰਾ ਥੱਲੇ, ਆਹ ਝੰਡਾ ਲਾਉਂਗਾ ਪੱਕਾ ਹੀ ਲਵਾਇਆ ਹੋਇਆ ਸਾਡੀ ਚ ਨਟ ਆ ਪਾ ਕੇ ਕੱਖ ਦੇ। ਇੱਕ ਪਿੱਛੇ ਵੀ ਲਵਾ ਲਈਏ ਹੈ ਨਾ, ਪਿੱਛੇ ਵੀ ਚਾਹੀਦਾ ਇੱਕ ਰੰਗ ਤੋਂ ਤਾਂ ਇਹ ਵੀ ਮਾੜਾ ਨਹੀਂ ਹੈ, ਚਮਕਾਂ ਪੂਰੀਆਂ ਵੱਜਦੀਆਂ ਆ। ਹਾਂ ਹੁਣ ਹੀ ਬੈਠੀ ਸੀ ਅੱਜ ਹੀ ਮੈਂ ਧੋ ਧੋ ਕੇ ਖੜੀ ਕੀਤੀ, ਨਿੱਕੇ 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 ਮੱਛਰੀ ਜੀ ਕਿੰਨੀ ਉੱਤੇ ਆ ਗਈ। ਨਹੀਂ ਹੁਣ ਬਦਲਾ ਦੇਣਾ, ਬਹੁਤ ਹੋ ਗਿਆ, ਹੁਣ ਰੰਗ ਚੇਂਜ ਹੀ ਹੋਊਗਾ। ਦੱਸਣਾ ਨਹੀਂ ਆ, ਦੱਸੀ ਦਾ ਖੜਾ ਹੁੰਦਾ ਆ, ਰੰਗ ਨਹੀਂ ਦੱਸਣਾ। ਹਾਂਜੀ ਹਾਂਜੀ ਦਸ ਮਾਡਲ ਸਾਰੀ ਨਾਲ ਮੈਂ ਕਹੀ ਮੈਂ
ਦਿੱਲੀ ਰਹਿੰਦਾ ਕਿ ਤੂੰ ਬਾਗਾ ਸੰਧੂ ਆਪਣਾ ਸੀਨ ਘੱਟ ਕਰ ਦੇਣਾ ਇਹਨੂੰ ਭਰਾਵਾ ਕੋਈ ਜੀਪ ਕੋਈ ਗੱਡੀ ਮਿਲ ਜਾਏ ਉਹਦਾ ਆਪਰੇਸ਼ਨ ਕਰਨਾ ਪਤਾ ਇੰਜਨ ਖੋਲ ਲੈਂਦਾ ਮੈਂਟਾ ਕੋਈ ਗੱਡੀ ਮਿਲ ਜਾਏ ਇੰਜਨ ਖੋਲ ਕੇ ਜ਼ਰੂਰ ਦੇਖਣਾ ਓਰੀਜਨਲ ਹੀ ਆ ਹਾਂ ਜਿਪਸੀ ਇਹ ਆ ਭਾਅ ਜੀ ਜਿਪਸੀ ਦਾ ਓਰੀਜਨਲ ਪਿਆਰ ਹੀ ਬੜਾ ਨਾ ਜੀਪਾਂ ਨਾਲ ਗੱਡੀਆਂ ਨਾਲ ਇਸ ਕਰਕੇ ਇੰਜਨ ਦੇਖਦਾ ਇੰਜਨ ਜਾਣ ਹੁੰਦੀ ਆ ਡਾਕਟਰ ਆ ਜੀਪਾਂ ਦਾ ਜਿਪਸੀਆਂ ਦਾ ਤਾਂ ਇਹ ਪਿਆਰ ਆ ਪਿਆਰ ਕਰਦਾ ਗੱਡੀਆਂ ਨਾਲ ਬਹੁਤ ਵਧੀਆ ਹੈ ਦੇਖ ਦੇਖਣੀ ਦੇਖਣੀ ਜਿਹੜੀ ਮਰਜ਼ੀ ਇੰਜਨ ਜ਼ਰੂਰ ਦੇਖਣਾ ਹੈ ਜੀਪ ਨੀ ਲਿਆਉਂਦਾ ਹੁੰਦਾ ਓਦਾਂ ਗੱਡੀ ਹਵੇਲੀ ਵੱਲ ਮੋੜ ਲਈਏ ਚਲੋ ਜੀ ਚੱਲੀਏ ਓਕੇ ਵੀਰੇ ਬਾਏ ਬਾਏ ਟਾਟਾ ਚੰਗਾ ਵਗ ਗਿਆ ਬਾਏ ਬਾਏ ਤਾਂ ਘੁੰਮਣ ਗਏ ਸੀਗੇ ਵੀ ਇਹਦੇ ਵਿੱਚ ਪਤਾ ਲੱਗ ਜਾਏ ਕਮੀ ਪੇਸ਼ੀ ਬ੍ਰੇਕ ਘੱਟ ਗਈ ਆ ਫਿਰ ਬੰਦਾ ਤਾਂ ਹਵਾ ਲੈ ਗਈ ਉੱਦਾਂ ਚੱਲਣ ਬਹੁਤ ਵਧੀਆ ਦਈ ਆ ਸਾਰਾ ਕੁਝ ਠੀਕ ਆ ਇੱਦਾਂ ਹੀ ਆ ਕਮੀਆਂ ਪੇਸ਼ੀਆਂ ਇੱਦਾਂ ਹੀ ਹੌਲੀ ਹੌਲੀ ਨਿਕਲ ਜਾਂਦੀਆਂ ਬਸ ਇੱਕ ਵਾਰੀ ਹੁਣ ਹੱਥ ਮਾਰ ਲਵਾਂਗੇ ਚੈੱਕ ਕਰਾ ਲਾਂਗੇ ਉਹ ਮਾਰਦਾ ਹੀ ਧਿਆਨ ਤੇ ਮਿਲਾਂਗੇ ਹੁਣ ਤੁਹਾਨੂੰ ਕੱਲ੍ਹ ਨੂੰ ਮਿਲਦੇ ਹਾਂ ਹੁਣ ਤੁਹਾਨੂੰ ਹਨੇਰਾ ਬਹੁਤ ਹੋ ਗਿਆ ਗੇੜਾ ਮਾਰ ਕੇ ਆਏ ਅੱਜ ਸ਼ਹਿਰ ਦਾ ਅਤੇ ਇਹ ਤੋਂ ਪਹਿਲਾਂ ਵੀ ਵੀਡੀਓ ਸ਼ੂਟ ਕੀਤੀ ਸੀਗੀ ਸਫਾਈ ਕੀਤੀ ਗੱਡੀ ਦੀ ਗੱਡੀ ਨੂੰ ਨਾ ਸ਼ੈਂਪੂ ਅਤੇ ਉਹਦੇ ਵਿੱਚ ਮਿਕਸ ਕਰਕੇ ਡੀਜ਼ਲ ਮਾਰਿਆ ਸੀਗਾ ਆਪਣੇ ਕੋਲ ਸਾਰੀਆਂ ਮਸ਼ੀਨਾਂ ਪਈਆਂ ਆ ਵੀਡੀਓ ਦੇ ਲਾਸਟ ਦੇ ਵਿੱਚ ਲੱਗਾ ਆ ਲਾਉਣ ਅਤੇ ਥੋੜ੍ਹਾ ਜਿਹਾ ਕੰਮ ਕਰਾਉਣ ਗਏ ਸੀਗੇ ਜੀਪ ਦਾ ਸਾਰਾ ਕੁਛ ਵੀਡੀਓ ਦੇ ਲਾਸਟ ਦੇ ਵਿੱਚ ਬੀਜੀ ਬਹੁਤ ਚੱਲਣ ਦਿਆ ਸ਼ਡਿਊਲ ਤਾਂ ਕਰਕੇ ਵੀਡੀਓ ਘੱਟ ਰਿਕਾਰਡ ਕਰ ਹੁੰਦਾ ਹੀ ਆ ਮੈਨੂੰ ਵੀ ਕੰਮ ਹੁੰਦੇ ਆ ਤਾਂ ਕਰਕੇ ਇਹ ਮੈਂ ਅੱਧੀ ਕੁ ਵੀਡੀਓ ਜਿੰਨੀ ਕੁ ਹੁੰਦੀ ਆ ਜੀਪ ਦੇ ਰਿਲੇਟਡ ਉਹ ਹੀ ਸ਼ੂਟ ਕਰਨ ਦਿਆ ਆ ਉਹ ਦੇਖ ਲਿਓ ਅਤੇ ਹੁਣ ਤੁਹਾਨੂੰ ਕੱਲ੍ਹ ਨੂੰ ਮਿਲਦੇ ਹਾਂ ਕੱਲ੍ਹ ਨੂੰ ਗੱਡੀ ਚੱਕਣ ਜਾਣਾ ਆ ਅਤੇ ਕੱਲ੍ਹ ਨੂੰ ਫਾਈਨਲ ਪੇਂਟ ਵਾਲੀ ਵੀਡੀਓ ਆਊਗੀ ਵੈਲਕਮ ਸਾਰਿਆਂ ਦਾ ਅੱਜ ਫਿਰ ਆਫਟਰਨੂਨ ਦੇ ਵਿੱਚ ਅੱਜ ਤੁਸੀਂ ਦੇਖਣ ਦੇ ਹੋਣੇ ਆ ਜਿਹੜੀ ਵੀਡੀਓ ਆ ਨਾ ਬੜੀ ਵਾਈਡ ਵਾਈਡ ਜੀ ਬਣਨ ਦੀ ਹੈ ਆਪਣਾ ਜਿਹੜਾ ਪੁਰਾਣਾ ਕੈਮਰਾ ਨਾ ਅੱਜ ਉਹਦੇ ਨਾਲ ਆਪਾਂ ਸ਼ੂਟ ਕਰਨ ਲੱਗੇ ਵੀਡੀਓ ਕੱਲ੍ਹ ਕੱਢਿਆ ਸੀਗਾ ਕੱਲ੍ਹ ਧੂਤੀ ਰਾਣੀ ਜਿਹਦੇ ਨਾਲ ਵੀਡੀਓ ਸ਼ੂਟ ਕੀਤੀ ਸੀ ਮੈਂ ਤਾਂ ਗਿਆ ਸੀ ਅੰਮ੍ਰਿਤਸਰ ਡੀਜ਼ਲ ਮਾਰਨ ਲੱਗਾ ਸੀਗਾ ਮੈਂ ਥੱਲੜੇ ਪਾਸੇ ਨਾ ਗਰੀਸ ਤੇਲ ਬਹੁਤ ਲੱਗਾ ਹੋਇਆ ਆ ਉਸ ਚੱਕਰ 'ਚ ਮੈਂ ਮਸ਼ੀਨਾਂ ਕੱਢੀਆਂ ਆਪਣੀਆਂ ਸਾਰੀਆਂ ਪੁਰਾਣੀਆਂ ਆਹ ਰੱਖੀ ਸੀਗੀ ਸਪੈਸ਼ਲ ਡੀਜ਼ਲ ਮਾਰਨ ਨੂੰ ਜਾਂ ਕਿਤੇ ਪੇਂਟ ਕਰਨਾ ਹੋਵੇ ਲੱਕੜ 'ਤੇ ਕਿਤੇ ਵੀ ਇਹ ਆ ਇੱਕ ਹੋਰ ਸੀਗੀ ਮੇਰੇ ਕੋਲ ਉਹ ਵੀ ਮੈਂ ਕੱਢੀ ਪਰ ਉਹਦਾ ਥੱਲੇ ਵਾਲਾ ਗਵਾਚ ਗਿਆ ਦੂਸਰਾ ਇਹਦੇ ਵਿੱਚ ਰੰਗ ਜਾਂ ਤੇਲ ਪਾ ਕੇ ਮਾਰੀਦਾ ਸੀ ਨਾ ਆਹ ਆ ਜਿੱਥੇ ਪੈਪ ਆ ਇੱਥੇ ਲੱਗਣਾ ਸੀਗਾ ਉਹ ਇਹ ਥੋੜ੍ਹਾ ਜਿਹਾ ਪਤਲਾ ਰੰਗ ਮਾਰਦੀ ਆ ਆਹ ਇਹਦੇ ਨਾਲ ਅਟੈਚ ਹੋ ਜਾਂਦਾ ਇੱਥੇ ਇਹਦੇ ਇੱਥੇ ਬੈਕ ਸਾਈਡ 'ਤੇ ਲੱਗ ਜਾਣਾ ਇੱਦਾਂ ਥੱਲੇ ਬੰਦੇ ਕੱਪ ਜਿਹਾ ਲੱਗਣਾ ਸੀ ਉਹ ਹੀ ਨਹੀਂ ਲੱਭਣ ਦਿਆ ਮੈਨੂੰ ਇਹ ਬਹੁਤ ਪਾਵਰਫੁੱਲ ਵਾ ਬਹੁਤ ਜ਼ਿਆਦਾ ਇਹਦਾ ਵੈਕਿਊਮ ਜਿਹਾ ਬਣਦਾ ਆ ਪ੍ਰੈਸ਼ਰ ਬਹੁਤ ਤੇਜ਼ ਮਾਰਦੀ ਇਹ ਵੀ ਪੇਂਟ ਵਾਲੀ ਸੀਗੀ ਆਹ ਤਾਂ ਚਲੋ ਆਪਣੀ ਗੱਡੀ ਧੋਣ ਵਾਲੀ ਆ ਆਹ ਫਿਰ ਮੈਂ ਪੁਰਾਣੀ ਇੱਕ ਹੋਰ ਸੀ ਉਹ ਕੱਢ ਲਈ ਫਿਰ ਇਹ 'ਚ ਡੀਜ਼ਲ ਪਾਇਆ ਹੋਇਆ ਆ ਹੁਣ ਮੈਂ ਇਹ 'ਚ ਡੀਜ਼ਲ ਆ ਇਹ 'ਚ ਸ਼ੈਂਪੂ ਆ
ਇਹ ਦੋਵੇਂ ਮਿਕਸ ਕਰ ਲੈਣੇ ਆ, ਇੰਨੀ ਕੁ ਬਾਲਟੀ ਭਰ ਲੈਣੀ ਆ, ਉਹ ਤੋਂ ਬਾਅਦ ਥਰੜੇ ਵਾਟੇ ਵੜ ਕੇ ਨਾ ਜਿੱਥੇ ਜਿੱਥੇ ਲੋੜ ਆ ਉੱਥੇ ਸਾਰੇ ਘੁਮਾ ਲੈਣੀ ਮੇਰੇ ਹਿਸਾਬ ਨਾਲ, ਸਾਰੇ ਹੀ ਇੰਜਣ 'ਤੇ ਵੀ ਅਤੇ ਆਹ ਮਗਰ ਆਟਾਂ ਦੇ ਥੱਲੇ ਵੀ ਸਾਰੇ ਘੁਮਾ ਲੈਣੀ ਇੱਕ ਵਾਰੀ ਤਸੱਲੀ ਨਾਲ। ਤਾਂ ਪਾ ਲਿਆ ਆਪਾਂ ਪਹਿਲਾਂ ਸ਼ੈਂਪੂ, ਹੁਣ ਇੱਦਾਂ ਦੀਆਂ ਚੀਜ਼ਾਂ ਸ਼ੌਂਕੀ ਬੰਦਾ ਹੀ ਰੱਖਦਾ ਆ ਜਾਂ ਜਿਹਨੂੰ ਵਧੀਆ ਲੱਗਦੀਆਂ। ਹੁਣ ਸ਼ੌਂਕੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹਦੇ ਕੋਲ ਪੈਸਾ ਆ ਉਹੀ, ਜਿਨ੍ਹਾਂ ਨੂੰ ਚੀਜ਼ਾਂ ਵਧੀਆ ਲੱਗਦੀਆਂ ਆ, ਜਿਨ੍ਹਾਂ ਨੂੰ ਇਹ ਕੰਮ ਵਧੀਆ ਲੱਗਦੇ ਇੱਦਾਂ ਦੇ ਆਪ ਕਰਨੇ, ਉਹੀ ਇੱਦਾਂ ਦੀਆਂ ਪੰਗੇ ਲੈਂਦੇ ਆ। ਨਹੀਂ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿਸੇ ਕੋਲ ਟਾਈਮ ਹੀ ਹੈ ਨਹੀਂ। ਲੈ ਹੁਣ ਆਪਾਂ ਸਿੱਟਤਾ ਵਿੱਚ ਡੀਜ਼ਲ, ਇਹ ਹੁਣ ਬਣ ਗਿਆ ਕਾੜਾ, ਥੋੜ੍ਹਾ ਜਿਹਾ ਰੱਖ ਲਈਏ ਕਿਤੇ ਲੋੜ ਹੀ ਪੈ ਜਾਂਦੀ ਆ, ਇਹਨੂੰ ਫਿਰ ਭਰਾ ਕੇ ਰਖਾ ਲੈਣੀ ਆ। ਇਹ ਡੀਜ਼ਲ ਚਾਹੀਦਾ ਜ਼ਰੂਰੀ ਮਕੈਨਿਕ ਬੰਦੇ ਕੋਲ, ਆਪਾਂ ਹੁਣ ਮਕੈਨਿਕ ਹੀ ਆ ਇੱਕ ਹਿਸਾਬ ਦੇ ਅੱਧੇ ਕਾ। ਬਣ ਕੇ ਰੈਡੀ ਆਪਣਾ, ਬਸ ਹੁਣ ਤਾਰ ਚਾਹੀਦੀ ਲੰਬੀ ਆਪਾਂ ਨੂੰ ਇੱਕ, ਕਿਉਂਕਿ ਥੱਲੜੇ ਪਾਸੇ ਵੜਨਾ ਨਾ ਜੀਪ ਦੇ, ਤਾਰ ਦਾ ਵੀ ਪ੍ਰਬੰਧ ਆਪਣੇ ਕੋਲ ਹੈਗਾ। ਜੀਪ ਤਾਂ ਮਾਰੂ ਲਿਸ਼ਕਾਂ, ਸਪੈਸ਼ਲ ਮੈਂ ਇਸੇ ਕੰਮਾਂ ਲਈ ਰੱਖਿਆ ਸੀ ਇੱਥੇ ਸਵਿੱਚ। ਵੈਕਿਊਮ ਲਾਉਣ ਲਈ ਜਾਂ ਕੋਈ ਵੀ ਚੀਜ਼ ਡਰਿੱਲ ਡਰੁੱਲ ਲਾਉਣ ਲਈ, ਇਹਦੀ ਆਵਾਜ਼ ਬਹੁਤ ਆਉਣੀ ਆ। ਅਸੀਂ ਪਹਿਲਾਂ ਚਲਾਉਂਦੇ ਹੁੰਦੇ ਸੀ, ਪਹਿਲਾਂ ਯੂਜ਼ ਕਰੀਦਾ ਸੀਗਾ, ਮੈਂ ਤਾਂ ਸਿਮਰ ਬਹੁਤ ਹੱਸਦੇ ਹੁੰਦੇ ਸੀ, ਇਹਦੀ ਆਵਾਜ਼ ਬਹੁਤ ਅਜੀਬ ਜੀ ਆ, ਅਸੀਂ ਹੱਸੀ ਜਾਣਾ ਜਦੋਂ ਇਹਨੂੰ ਚਲਾਉਣਾ। ਦੇਖਿਓ ਸਾਰੇ ਵੱਜ ਗਿਆ ਡੀਜ਼ਲ ਚੰਗੀ ਤਰ੍ਹਾਂ, ਡੀਜ਼ਲ ਅਤੇ ਸ਼ੈਂਪੂ ਮਿਕਸ ਕੀਤਾ ਸੀਗਾ ਇਹਨੂੰ, ਹੁਣ 2 ਘੰਟੇ ਰਹਿਣ ਦੇਣਾ ਇੱਦਾਂ ਹੀ। ਥੱਲੜੇ ਪਾਸੇ ਤਾਂ ਬਹੁਤ ਜ਼ਿਆਦਾ ਮਾਰਿਆ ਮੈਂ, ਸਾਰੇ ਹੀ ਚੰਗੀ ਤਰ੍ਹਾਂ ਤਸੱਲੀ ਨਾਲ ਹੁਣ ਚੜ੍ਹਨ ਦਿਆ ਥੱਲੇ, ਇਹ ਜਿੰਨੀ ਗਰੀਸ ਗਰੂਸ ਆ ਲੱਗੀ, ਕਾਲਾ ਤੇਲ ਲੱਗਾ ਹੋਇਆ ਨਾ ਸਾਰਾ ਲੱਥ ਜਾਣਾ, ਅੱਜ ਆਪਣੇ ਕੋਲ ਪ੍ਰੈਸ਼ਰ ਵਾਲਾ ਸਿਸਟਮ ਤਾਂ ਪਿਆ ਹੀ ਆ। ਆਹ ਇਹ ਮਾਰ ਕੇ ਤਸੱਲੀ ਆ, ਸਾਰਾ ਗੰਦ ਮੰਦ ਜਿਹਾ ਨਿਕਲ ਜਾਣਾ ਆ।